ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਇਸ ਰੀਆਰਡਰ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਸ ਨੂੰ ਸਕਿਮ ਅਤੇ ਸਕੈਨ ਕਰਦੇ ਹਾਂ। ਇਸ ਨੂੰ ਸਕਿਮ ਅਤੇ ਸਕੈਨ ਕਰਕੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਸ ਦੇ ਵਿੱਚ ਲੈਂਗੁਏਜ ਅਤੇ ਹਿਊਮਨ ਕੋਗਨੀਟਿਵ ਅਬਿਲਿਟੀਜ਼ ਦੇ ਬਾਰੇ ਗੱਲ ਹੋਈ ਹੈ, ਉਹਨਾਂ ਦੀ ਸਿਮਿਲੈਰਿਟੀ ਬਾਰੇ ਗੱਲ ਹੋਈ ਹੈ, ਨਾਲ ਹੀ ਨਾਲ ਲੈਂਗੁਏਜ ਯੂਨੀਵਰਸਲ ਹੈ ਉਸ ਦੇ ਬਾਰੇ ਗੱਲ ਹੋਈ ਹੈ, ਅਤੇ ਇਸ ਦੇ ਵਿੱਚ ਇੱਕ ਤਰ੍ਹਾਂ ਦਾ ਕੰਕਲੂਜਨ ਵੀ ਦਿੱਤਾ ਗਿਆ ਹੈ ਕਿ ਹਾਊ ਲੈਂਗੁਏਜ ਐਂਡ ਹਿਊਮਨ ਕੋਗਨੀਟਿਵ ਸਕਿੱਲ ਅਬਿਲਿਟੀਜ਼ ਆਰ ਰਿਲੇਟਡ ਟੂ ਈਚ ਅਦਰ। ਹੁਣ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਟੌਪਿਕ ਸੈਂਟੈਂਸ ਲੱਭਦੇ ਹਾਂ। ਟੌਪਿਕ ਸੈਂਟੈਂਸ ਲੱਭਣ ਦੇ ਲਈ ਆਪਾਂ ਫਸਟ ਲਾਈਨ ਪੜ੍ਹਦੇ ਹਾਂ, ਬਟ ਜਸਟ ਦੀ ਓਪੋਜ਼ਿਟ ਇਜ਼ ਟਰੂ। ਜਸਟ ਦੀ ਓਪੋਜ਼ਿਟ ਮਤਲਬ ਇਸ ਤੋਂ ਪਹਿਲਾਂ ਇਸ ਦੀ ਕੋਈ ਇੱਕ ਟਰੂ ਸਟੇਟਮੈਂਟ ਸੀ ਜਿਸ ਨੂੰ ਕੰਟਰਾਸਟ ਕਰਕੇ ਇਹ ਸਟੇਟਮੈਂਟ ਲਿਖੀ ਗਈ ਹੈ, ਤਾਂ ਇਹ ਆਪਣਾ ਟੌਪਿਕ ਸੈਂਟੈਂਸ ਨਹੀਂ ਹੋ ਸਕਦਾ। ਇਟ ਇਜ਼ ਰੋਂਗ ਹਾਊਐਵਰ ਟੂ ਐਗਜ਼ਾਗਰੇਟ ਦੀ ਸਿਮਿਲੈਰਿਟੀ ਬਿਟਵੀਨ ਲੈਂਗੁਏਜ ਐਂਡ ਅਦਰ ਕੋਗਨੀਟਿਵ ਅਬਿਲਿਟੀਜ਼ ਬਿਕੋਜ਼ ਲੈਂਗੁਏਜ ਸਟੈਂਡਸ ਅਪਾਰਟ ਇਨ ਸੈਵਰਲ ਵੇਜ਼। ਇਸ ਦੇ ਵਿੱਚ ਇੱਕ ਕੁਐਸਚਨ ਸੀ ਕਿ ਇਹ ਰੋਂਗ ਹੈ, ਕਿਉਂ ਰੋਂਗ ਹੈ? ਕਿਉਂਕਿ ਸਿਮਿਲੈਰਿਟੀ ਹੈ ਜੋ ਲੈਂਗੁਏਜ ਦੀ ਅਤੇ ਕੋਗਨੀਟਿਵ ਸਕਿੱਲਸ ਦੀ, ਉਹ ਸਟੈਂਡ ਅਪਾਰਟ ਕਰਦੀ ਹੈ ਸੈਵਰਲ ਵੇਜ਼ ਦੇ ਵਿੱਚ। ਫੋਰ ਵਨ ਥਿੰਗ, ਦਾ ਯੂਜ ਆਫ ਲੈਂਗੁਏਜ ਇਜ਼ ਯੂਨੀਵਰਸਲ। ਆਲ ਨੋਰਮਲੀ ਡਿਵੈਲਪਿੰਗ ਚਿਲਡਰਨ ਟੂ ਲਰਨ ਟੂ ਸਪੀਕ ਐਟ ਲੀਸਟ ਵਨ ਲੈਂਗੁਏਜ। ਇਸ ਤੋਂ ਪਤਾ ਲੱਗਦਾ ਹੈ ਕਿ ਇੱਕ ਤਰ੍ਹਾਂ ਦਾ ਰੀਜ਼ਨ ਦਿੱਤਾ ਗਿਆ ਹੈ, ਬਿਕੋਜ਼ ਐਵਰੀ ਵਨ ਇਜ਼ ਕੈਪੇਬਲ ਆਫ ਲਰਨਿੰਗ ਟੂ ਸਪੀਕ ਐਂਡ ਅੰਡਰਸਟੈਂਡ। ਜਦੋਂ ਕਿਸੇ ਵੀ ਸੈਂਟੈਂਸ ਤੇ ਫਸਟ ਵਿੱਚ ਬਿਕੋਜ਼ ਆਉਂਦਾ ਹੈ ਤਾਂ ਉਹ ਆਪਣਾ ਟੌਪਿਕ ਸੈਂਟੈਂਸ ਨਹੀਂ ਹੋ ਸਕਦਾ। ਬਾਈ ਕੰਟਰਾਸਟ, ਬਾਈ ਕੰਟਰਾਸਟ ਦਾ ਮਤਲਬ ਹੈ ਕਿ ਇਸ ਤੋਂ ਪਹਿਲਾਂ ਇੱਕ ਕੋਈ ਸਟੇਟਮੈਂਟ ਸੀ ਅਤੇ ਉਸ ਤੋਂ ਬਾਅਦ ਇਹ ਉਸਦੇ ਓਪੋਜ਼ਿਟ ਲਿਖੀ ਗਈ ਹੈ। ਇਹ ਸਭ ਸਟੇਟਮੈਂਟਸ ਪੜ੍ਹ ਕੇ ਆਪਾਂ ਨੂੰ ਪਤਾ ਲੱਗਦਾ ਹੈ ਜੀ ਜੋ ਆਪਣੀ ਸੈਕਿੰਡ ਸਟੇਟਮੈਂਟ ਹੈ ਉਹ ਹੀ ਇਹੋ ਜਿਹੀ ਹੈ ਕਿ ਜੋ ਕਿਸੇ ਦੇ ਨਾਲ ਕੋਲਰੇਟ ਨਹੀਂ ਕਰ ਰਹੀ, ਅਤੇ ਨਾਲ ਹੀ ਨਾਲ ਉਸ ਦੇ ਵਿੱਚ ਲੈਂਗੁਏਜ ਅਤੇ ਕੋਗਨੀਟਿਵ ਸਕਿੱਲਸ ਦੋਵਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਥਰਡ ਥਿੰਗ, ਉਹ ਇੱਕ ਇੰਡੀਪੈਂਡੈਂਟ ਸਟੇਟਮੈਂਟ ਹੈ, ਕਿਸੇ ਤੇ ਵੀ ਡਿਪੈਂਡ ਨਹੀਂ ਕਰ ਰਹੀ, ਤਾਂ ਕਰਕੇ ਇਹ ਆਪਣਾ ਟੌਪਿਕ ਸੈਂਟੈਂਸ ਹੋ ਸਕਦਾ ਹੈ। ਨੈਕਸਟ ਜੇ ਆਪਾਂ ਗੱਲ ਕਰੀਏ ਤਾਂ ਜੋ ਲਾਸਟ ਲਾਈਨ ਹੈ ਇਸ ਦੇ ਵਿੱਚ ਲਿਖਿਆ ਗਿਆ ਹੈ, ਬਿਕੋਜ਼ ਲੈਂਗੁਏਜ ਸਟੈਂਡ ਅਪਾਰਟ ਇਨ ਸੈਵਰਲ ਵੇਜ਼। ਹੁਣ ਇੱਥੇ ਸੈਵਰਲ ਵੇਜ਼ ਦੇ ਬਾਰੇ ਗੱਲ ਹੋਈ ਹੈ, ਤਾਂ ਇਸ ਤੋਂ ਨੈਕਸਟ ਲਾਈਨ ਹੈ ਉਹ ਵੇਜ਼ ਨੂੰ ਐਕਸਪਲੇਨ ਕਰੇਗੀ। ਜੇ ਆਪਾਂ ਆਪਣੀਆਂ ਬਾਕੀ ਲਾਈਨਸ ਪੜ੍ਹ ਕੇ ਦੇਖਦੇ ਹਾਂ ਤਾਂ ਫੋਰ ਵਨ ਥਿੰਗ ਮੀਨਸ ਇਹ ਸੈਵਰਲ ਵੇਜ਼ ਨੂੰ ਦੀ ਫਸਟ ਥਿੰਗ ਹੈ, ਫਸਟ ਰੀਜ਼ਨ ਹੈ, ਅਤੇ ਨਾ ਹੀ ਆਪਾਂ ਇਸ ਨੂੰ ਪੜ੍ਹ ਕੇ ਵੀ ਦੇਖਦੇ ਹਾਂ। ਫੋਰ ਵਨ ਥਿੰਗ, ਦਾ ਯੂਜ਼ ਆਫ ਲੈਂਗੁਏਜ ਇਜ਼ ਯੂਨੀਵਰਸਲ। ਇੱਥੇ ਕਿਹਾ ਗਿਆ ਹੈ ਕਿ ਲੈਂਗੁਏਜ ਨੂੰ ਫਰਦਰ ਐਕਸਪਲੇਨ ਕਰਕੇ ਕਿਹਾ ਗਿਆ ਹੈ ਕਿ ਲੈਂਗੁਏਜ ਦਾ ਯੂਜ਼ ਯੂਨੀਵਰਸਲ ਹੈ, ਤਾਂ ਇਹ ਆਪਣੀ ਸੈਕਿੰਡ ਲਾਈਨ ਹੋਵੇਗੀ। ਨੈਕਸਟ ਲਾਈਨ ਆਪਣੇ ਕੋਲ ਗੱਲ ਕੀਤੀ ਗਈ ਹੈ ਕਿ ਆਲ ਨੋਰਮਲੀ ਡਿਵੈਲਪਿੰਗ ਚਿਲਡਰਨ ਲਰਨ ਟੂ ਸਪੀਕ ਐਟ ਲੀਸਟ ਵਨ ਲੈਂਗੁਏਜ ਐਂਡ ਮੈਨੀ ਲਰਨ ਮੋਰ ਦੈਨ ਵਨ। ਜੇ ਆਪਾਂ ਇਸ ਤੋਂ ਹੁਣ ਨੈਕਸਟ ਲਾਈਨ ਲੱਭਦੇ ਹਾਂ ਅਤੇ ਇਸ ਨੂੰ ਜੇ ਆਪਾਂ ਆਪਣੀਆਂ ਬਾਕੀ ਲਾਈਨਸ ਦੇਖਦੇ ਹਾਂ ਤਾਂ ਜੋ ਫਸਟ ਲਾਈਨ ਬਣਦੀ ਹੈ ਉਹ ਹੈ, ਬਟ ਜਸਟ ਦੀ ਓਪੋਜ਼ਿਟ ਇਜ਼ ਟਰੂ, ਲੈਂਗੁਏਜ ਇਜ਼ ਵਨ ਆਫ ਦੀ ਮੋਸਟ ਕੰਪਲੈਕਸ ਆਫ ਆਲ ਕੋਗਨੀਟਿਵ ਅਬਿਲਿਟੀਜ਼। ਇਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਆਪਣੀ ਨੈਕਸਟ ਲਾਈਨ ਨਹੀਂ ਹੋ ਸਕਦੀ, ਕਿਉਂਕਿ ਜੋ ਆਪਾਂ ਸੈਕਿੰਡ ਲਾਈਨ ਹੈ ਉਹ ਕਹਿੰਦੀ ਹੈ ਕਿ ਉਹ ਇੱਕ ਤਰ੍ਹਾਂ ਦਾ ਰਿਜ਼ਲਟ ਦੇ ਰਹੀ ਹੈ, ਨਾਲ ਹੀ ਨਾਲ ਇੱਕ ਤਰ੍ਹਾਂ ਦੀ ਸਟੇਟਮੈਂਟ ਪ੍ਰੂਵ ਕਰ ਰਹੀ ਹੈ, ਜਿਸ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਜਾਂ ਤਾਂ ਆਪਣਾ ਕੰਕਲੂਜਨ ਹੋਵੇਗਾ, ਬਟ ਇਹ ਨੈਕਸਟ ਲਾਈਨ ਨਹੀਂ ਹੋ ਸਕਦੀ। ਬਿਕੋਜ਼ ਐਵਰੀ ਵਨ ਇਜ਼ ਕੈਪੇਬਲ ਆਫ ਲਰਨਿੰਗ ਟੂ ਸਪੀਕ ਐਂਡ ਅੰਡਰਸਟੈਂਡ ਲੈਂਗੁਏਜ, ਇਟ ਮੇ ਬੀ ਸਿੰਪਲ। ਜੇ ਆਪਾਂ ਇੱਥੇ ਦੇਖੀਏ ਤਾਂ ਇਹ ਇੱਕ ਕੁਸ਼ਚਨ ਦਾ ਆਂਸਰ ਹੋ ਸਕਦਾ ਹੈ, ਪਰ ਜੇ ਆਪਾਂ ਆਪਣੀ ਸੈਕਿੰਡ ਲਾਈਨ ਦੇਖਦੇ ਹਾਂ ਤਾਂ ਇਸ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਕੁਸ਼ਚਨ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ, ਤਾਂ ਆਪਾਂ ਆਪਣੀ ਥਰਡ ਲਾਈਨ ਤੇ ਜਾਂਦੇ ਹਾਂ। ਬਾਈ ਕੰਟਰਾਸਟ, ਨੋਟ ਐਵਰੀਵਨ ਬਿਕਮਸ ਪ੍ਰੋਫੀਸ਼ੀਐਂਟ ਐਟ ਕੰਪਲੈਕਸ ਮੈਥਮੈਟੀਕਲ ਰੀਜ਼ਨਿੰਗ, ਫਿਊ ਪੀਪਲ ਲਰਨ ਟੂ ਪੇਂਟ ਵੈਲ ਐਂਡ ਮੈਨੀ ਪੀਪਲ ਕੈਨ ਨਾਟ ਕੈਰੀ ਅ ਟਿਊਨ। ਜੇ ਇੱਥੇ ਦੇਖੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਨੋਰਮਲੀ ਜੋ ਬੱਚੇ ਹਨ ਉਹ ਸਪੀਕ ਲਰਨ ਕਰਦੇ ਹਨ ਇੱਕ ਲੈਂਗੁਏਜ ਜਾਂ ਮੋਰ ਦੈਨ ਵਨ ਲੈਂਗੁਏਜ ਨੂੰ ਬੋਲਣਾ, ਤਾਂ ਇਸ ਦੇ ਜੇ ਉਲਟ ਦੇਖੀਏ ਤਾਂ ਆਹ ਸਟੇਟਮੈਂਟ ਬਣਦੀ ਹੈ ਕਿ ਨੋਟ ਐਵਰੀ ਵਨ,
ਇੱਥੇ ਗੱਲ ਕੀਤੀ ਹੈ ਆਲ ਦੀ, ਇੱਥੇ ਗੱਲ ਕੀਤੀ ਹੈ ਨੋਟ ਐਵਰੀਵਨ ਦੀ ਜਾਂ ਫਿਊ ਪੀਪਲ ਦੀ, ਤਾਂ ਇਹ ਇਸ ਦੇ ਆਪੋਜ਼ਿਟ ਸਟੇਟਮੈਂਟ ਦਿੱਤੀ ਗਈ ਹੈ, ਤਾਂ ਇਹ ਪੇਅਰ ਅਪ ਕਰ ਸਕਦੀ ਹੈ। ਅੱਗੇ ਵੱਧਦੇ ਹੋਏ ਦੇਖਦੇ ਹਾਂ ਕਿ ਆਪਣਾ ਥਰਡ ਪੇਅਰ ਕੀ ਹੋ ਸਕਦਾ ਹੈ। ਜੋ ਆਪਣੀ ਫਸਟ ਲਾਈਨ ਹੈ ਉਹ ਆਪਣਾ ਇੱਕ ਤਰ੍ਹਾਂ ਦਾ ਡਿਸੀਜਨ ਦਿੱਤਾ ਗਿਆ ਹੈ, ਇੱਕ ਸਟੇਟਮੈਂਟ ਦਿੱਤੀ ਗਈ ਹੈ ਜੋ ਕਿ ਆਪਣਾ ਕੰਕਲੂਜਨ ਹੀ ਹੁੰਦਾ ਹੈ। ਪਰ ਜੇ ਆਪਾਂ ਇਹ ਲਾਈਨ ਦੇਖੀਏ ਤਾਂ ਬਿਕੋਜ਼ ਐਵਰੀਵਨ ਇਜ਼ ਕੈਪੇਬਲ ਆਫ ਲਰਨਿੰਗ ਟੂ ਸਪੀਕ ਐਂਡ ਅੰਡਰਸਟੈਂਡ ਲੈਂਗੁਏਜ ਇਟ ਮੇ ਬੀ ਸਿੰਪਲ। ਜੇ ਇੱਥੇ ਦੇਖੀਏ ਤਾਂ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਕਲੂਜਨ ਨਹੀਂ ਲੱਗਦਾ, ਇਹ ਇੱਕ ਸਿੰਪਲ ਸਟੇਟਮੈਂਟ ਦਿੱਤੀ ਗਈ ਹੈ, ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਇਹ ਆਪਣਾ ਕੰਕਲੂਜਨ ਹੈ। ਦੈਨ ਹੁਣ ਆਪਾਂ ਇਸ ਨੂੰ ਆਪਣਾ ਫੋਰਥ ਪੇਅਰ ਮੰਨਦੇ ਹਾਂ ਕਿਉਂਕਿ ਇਹ ਕਿਤੇ ਵੀ ਫਿੱਟ ਨਹੀਂ ਸੀ ਹੋ ਰਿਹਾ ਅਤੇ ਆਪਾਂ ਆਪਣਾ ਕੰਕਲੂਜਨ ਪਹਿਲਾਂ ਹੀ ਲੱਭ ਚੁੱਕੇ ਸੀ। ਲੈਟ ਸੀ ਹਾਊ ਇਟ ਗੋਸ। ਸੋ ਦੈਟਸ ਆਲ ਕਰੈਕਟ। ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਣਾ ਟੋਪਿਕ ਸੈਂਟੈਂਸ ਲੱਭਿਆ, ਫਿਰ ਟੋਪਿਕ ਸੈਂਟੈਂਸ ਲੱਭਣ ਤੋਂ ਬਾਅਦ ਆਪਾਂ ਦੇਖਿਆ ਕਿ ਜੋ ਆਪਣੀ ਫਸਟ ਲਾਈਨ ਫਸਟ ਸੈਂਟੈਂਸ ਹੈ ਉਸਦੀ ਲਾਸਟ ਲਾਈਨ ਕੀ ਕਹਿੰਦੀ ਹੈ। ਫਿਰ ਆਪਾਂ ਉਸਦਾ ਮੀਨਿੰਗ ਲੱਭਿਆ ਕਿ ਉੱਥੇ ਸੈਵਰਲ ਵੇਜ਼ ਦੀ ਗੱਲ ਹੋਈ ਹੈ, ਸੈਵਰਲ ਰੀਜ਼ਨਸ ਦੀ ਗੱਲ ਹੋਈ ਹੈ। ਫਿਰ ਆਪਾਂ ਆਪਣਾ ਫਸਟ ਰੀਜ਼ਨ ਲੱਭਿਆ, ਫਿਰ ਉਸ ਤੋਂ ਬਾਅਦ ਉਸਨੂੰ ਕੰਟਰਾਸਟ ਕੀ ਕਰਦੀ ਸੀ ਸਟੇਟਮੈਂਟ ਉਹ ਲੱਭੀ। ਉਸ ਤੋਂ ਬਾਅਦ ਆਪਾਂ ਆਪਣਾ ਕੰਕਲੂਜਨ ਦੇਖਿਆ ਕਿ ਉਹ ਕੀ ਹੈ। ਜੋ ਕੰਕਲੂਜਨ ਹੁੰਦਾ ਹੈ ਉਹ ਇੱਕ ਤਰ੍ਹਾਂ ਦਾ ਰਿਜ਼ਲਟ ਹੁੰਦਾ ਹੈ, ਜੇ ਕਿਸੇ ਸਟੱਡੀ ਦੀ ਗੱਲ ਹੋਈ ਹੈ, ਜਾਂ ਇਹ ਇੱਕ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ ਜੋ ਕਿ ਆਪਣੀ ਪੂਰੀ ਗੱਲ ਨੂੰ ਕੰਕਲੂਡ ਕਰਦੀ ਹੈ। ਥੈਂਕ ਯੂ।